ਤੇ ਹੁਣ ਤੁਹਾਨੂੰ ਮਿਲਾਉਂਦੇ ਆ ਭਿਵਾਨੀ ਦੀ ਉਸ ਬੇਟੀ ਨਾਲ ਜਿਸਨੇ ਆਪਣੇ ਪੂਰੇ ਪਰਿਵਾਰ ਦੇ ਖਿਲਾਫ ਜਾ ਕੇ ਕੁਦਰਤ ਨੂੰ ਬਚਾਇਆ। ਕੀ ਹੈ ਇਹ ਪੂਰਾ ਮਾਮਲਾ, ਦੇਖਦੇ ਆ ਇਸ ਰਿਪੋਰਟ ਵਿੱਚ। ਜਿੱਥੇ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ, ਉੱਥੇ ਹਰਿਆਣਾ ਦੀ ਇੱਕ ਬੇਟੀ ਨੇ ਆਪਣੇ ਹੀ ਪਿਤਾ ਦੇ ਖਿਲਾਫ ਜਾ ਕੇ ਆਪਣੇ ਪਿਤਾ ਨੂੰ ਅਜਿਹਾ ਕਰਨ ਤੋਂ ਰੋਕਿਆ। ਇਹੀ ਨਹੀਂ, ਸੋਨਾਲੀ ਦੀ ਸ਼ਿਕਾਇਤ ਤੇ ਉਸਦੇ ਪਿਤਾ ਨੂੰ ਖੇਤੀਬਾੜੀ ਵਿਭਾਗ ਵੱਲੋਂ 2500 ਰੁਪਏ ਜੁਰਮਾਨਾ ਵੀ ਕੀਤਾ ਗਿਆ, ਕਿਉਂਕਿ ਉਸਨੇ ਸਰਕਾਰੀ ਨਿਯਮਾਂ ਦੇ ਉਲਟ ਜਾ ਕੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਸੀ। ਮੈਨੇ ਮੇਰੇ ਪਾਪਾ ਕੋ ਇਤਨੀ ਬਾਰ ਮਨਾ ਕੀਆ ਕਿ ਪਰਾਲੀ ਕੇ ਫਾਨੇ ਨਾ ਜਲਾਏ, ਮੈਨੇ ਇਤਨੀ ਬਾਰ ਮਨਾ ਕੀਆ, ਵੋ ਮਾਨੇ ਨਹੀਂ ਤੋ ਮੈਨੇ ਮਜਬੂਰਨ, ਮਤਲਬ ਮੇਰੇ ਲਈ ਇਹ ਆਸਾਨ ਨਹੀਂ ਥਾ, ਬਹੁਤ ਮੁਸ਼ਕਿਲ ਥਾ, ਲੇਕਿਨ ਗਲਤ ਤੋ ਗਲਤ ਹੁੰਦਾ, ਚਾਹੇ ਵੋ ਪਾਪਾ ਹੋ ਚਾਹੇ ਭਾਈ ਹੋ, ਤੋ ਮੈਨੇ ਕ੍ਰਿਸ਼ੀ ਵਿਭਾਗ ਮੇ ਜਾ ਕਰ ਮੇਰੇ ਪਾਪਾ ਕੀ ਸ਼ਿਕਾਇਤ ਕਰ ਦੀ, ਵੋ ਮਾਨ ਨਹੀਂ ਰਹੇ ਥੇ। ਕ੍ਰਿਸ਼ੀ ਵਿਭਾਗ ਕੇ ADO ਆਏ ਤੋ ਉਹਨੇ ਮੇਰੇ ਪਾਪਾ ਕੋ ਜੁਰਮਾਨਾ ਲਗਾ ਦਿਆ, ਮੁਝੇ ਕੋਈ ਇਸ ਬਾਤ ਕੋ ਕੋਈ ਦੁੱਖ ਨਹੀਂ ਹੈ ਕਿ ਜੁਰਮਾਨਾ ਹੋਇਆ, ਲੇਕਿਨ ਇਸਸੇ ਮੇਰੀ ਹੋਰ ਬਹਿਨੇ ਕੁਛ ਸਿੱਖੇਗੀ। ਉਧਰ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸੋਨਾਲੀ ਦੀ ਇਸ ਕਾਰਗੁਜ਼ਾਰੀ ਨੂੰ ਲੈ ਕੇ ਖੁਸ਼ ਨੇ ਕਿ ਉਹਨਾਂ ਵੱਲੋਂ ਦਿੱਤੀ ਜਾਣਕਾਰੀ ਦਾ ਅਸਰ ਕਿਸਾਨਾਂ ਤੇ ਤਾਂ ਨਹੀਂ ਹੋ ਰਿਹਾ, ਪਰ ਨਵੀਂ ਪੀੜ੍ਹੀ ਤੇ ਜ਼ਰੂਰ ਹੋ ਰਿਹਾ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਕਿ ਸੋਨਾਲੀ ਵਾਂਗ ਹਰ ਬੱਚੇ ਅਤੇ ਨੌਜਵਾਨ ਨੂੰ ਦਲੇਰੀ ਦਿਖਾਉਣੀ ਚਾਹੀਦੀ ਹੈ ਤਾਂ ਜੋ ਪ੍ਰਦੂਸ਼ਣ ਤੇ ਵੱਧ ਤੋਂ ਵੱਧ ਕਾਬੂ ਪਾਇਆ ਜਾ ਸਕੇ ਅਤੇ ਕੁਦਰਤ ਨੂੰ ਬਚਾਇਆ ਜਾ ਸਕੇ। ਨੇ ਸ਼ਿਕਾਇਤ ਕੀਤੀ ਮੇਰੇ ਪਿਤਾ ਜੀ ਵੀ ਪਰਾਲੀ ਮੇ ਧਾਨ ਕੀ ਪਰਾਲੀ ਮੇ ਆਗ ਲਗਾਉਣ ਕੇ ਲਈ ਗਈ ਹੋਈ ਹੈ, ਤੋ ਲੜਕੀ ਉਹ ਯਹਾਂ ਆਫਿਸ ਮੇ ਆਈ ਥੀ ਔਰ ਉਸਕੇ ਬਾਅਦ ਹਮਨੇ ਕਾਰਵਾਈ ਕਰਤੇ ਹੋਏ, ਕਾਨੂੰਨੀ ਕਾਰਵਾਈ ਕਰਤੇ ਹੋਏ, ਉਸਕੇ ਲਗਭਗ ਦੋ ਏਕੜ ਸੇ ਕਮ ਹੈ, ਲਗਭਗ 15 ਕਨਾਲ ਜ਼ਮੀਨ ਮੇ ਉਸਨੇ ਆਗ ਲਗਾਈ ਥੀ, ਤੋ ਹਮਨੇ ਕਾਨੂੰਨੀ ਤੌਰ ਪੇ ਉਸਕੇ 2500 ਰੁਪਏ ਫਾਈਨ ਕੀਆ ਹੈ। ਸੋ ਸੋਨਾਲੀ ਨੇ ਤਾਂ ਆਪਣੇ ਪਿਤਾ ਨੂੰ ਅੱਗ ਲਗਾਉਣ ਤੋਂ ਰੋਕ ਲਿਆ, ਇੱਥੇ ਲੋੜ ਹੈ ਕੁਝ ਹੋਰ ਕਿਸਾਨਾਂ ਨੂੰ ਵੀ ਅੱਗੇ ਆਉਣ ਦੀ ਤਾਂ ਜੋ ਖੇਤੀ ਦੀ ਰਹਿੰਦ ਖੂੰਹਦ ਤੋਂ ਹੋਣ ਵਾਲੇ ਪ੍ਰਦੂਸ਼ਣ ਤੇ ਕਾਬੂ ਪਾਇਆ ਜਾ ਸਕੇ ਅਤੇ ਕੁਦਰਤ ਨੂੰ ਬਚਾਇਆ ਜਾ ਸਕੇ। ਨਰਵਾਣਾ ਤੋਂ ਗੁਲਸ਼ਨ ਚਾਵਲਾ ਦੀ ਰਿਪੋਰਟ।